ਸੱਚੀ ਮੁਹੱਬਤ ਮੇਰੇ ਚਾਚਾ ਜੀ ਕਬੱਡੀ ਦੀ ਪਲੇਅਰ ਸੀ। ਉਹ ਚੰਗੇ ਸਪੋਰਟਰ ਰਹੇ। ਸਾਡੇ ਪੁਰਾਣੇ ਘਰ ਵਿੱਚ ਇੱਕ ਸ਼ੋਅ ਕਿਸ ਹੁੰਦਾ ਸੀ। ਉਹ ਸਾਰਾ ਚਾਚਾ ਜੀ ਨੂੰ ਮਿਲੇ ਇਨਾਮਾਂ ਨਾਲ ਭਰਿਆ ਹੁੰਦਾ ਸੀ। ਮੇਰੇ ਚਾਚਾ ਜੀ ਜਦੋਂ 26 ਸਾਲ ਦੇ ਹੋਏ, ਉਹਨਾਂ ਘਰੇ ਬਿਨਾਂ ਦੱਸੇ ਵਿਆਹ ਕਰਵਾ ਲਿਆ। ਮੈਂ ਬਹੁਤ ਛੋਟਾ ਸੀ। ਸਾਡੇ ਘਰ ਪਹਿਲਾਂ ਕਾਫੀ ਲੜਾਈ ਹੁੰਦੀ ਰਹੀ। ਫਿਰ ਜਦੋਂ ਚਾਚਾ ਜੀ ਨੇ ਵਿਆਹ ਕਰਵਾ ਲਿਆ, ਸਾਡੇ ਘਰ ਰੋਟੇ ਅਲੱਗ ਪਕਣ ਲੱਗੇ। ਉਦੋਂ ਅਸੀਂ ਛੋਟੇ ਸੀ, ਪਤਾ ਨਹੀਂ ਸੀ ਕਾਰਨ। ਸਾਡੇ ਡੈਡੀ ਹੁਣੀ ਤਿੰਨ ਭਰਾ ਸੀ, ਚਾਚਾ ਜੀ ਸਭ ਤੋਂ ਛੋਟੇ। ਜਿਸ ਕੁੜੀ ਨਾਲ ਉਹਨਾਂ ਵਿਆਹ ਕਰਵਾਇਆ ਸੀ, ਉਹ ਸਾਡੀ ਜਾਤ ਦੀ ਨਹੀਂ ਸੀ। ਸ਼ਾਇਦ ਉਹਨਾਂ ਦਾ ਵਿਰੋਧ ਇਸ ਕਰਕੇ ਕੀਤਾ ਗਿਆ ਸੀ। ਉਹ ਘਰ ਤਰਲੇ ਪਾਉਂਦੇ ਰਹੇ ਸੀ। ਜਦੋਂ ਕੋਈ ਨਾ ਮੰਨਿਆ ਤਾਂ ਉਹਨਾਂ ਚੁੱਪਚੀਪੇ ਤੇ ਵਿਆਹ ਕਰਵਾ ਲਿਆ। ਉਹਨਾਂ ਕੋਲ ਪਹਿਲਾ ਬੱਚਾ ਬੇਟੀ ਹੋਈ। ਸਾਨੂੰ ਚਾਚਾ ਜੀ ਹੁਣਾਂ ਨਾਲ ਬੋਲਣ ਤੋਂ ਮਨਾ ਕੀਤਾ ਗਿਆ ਸੀ ਘਰ ਦੀ ਵੰਡ ਲਿਆਤੀ ਜ਼ਮੀਨ ਵੀ ਸਾਡੀ ਖਾਨਦਾਨ ਵਿੱਚ ਬੇਇਜ਼ਤੀ ਕਰਵਾਤੀ ਕੰਜਰ ਨੇ ਇਹੋ ਆਖਦੇ ਸਾਰੇ ਚਾਚੇ ਦੀ ਬੇਟੀ ਨੂੰ 4 ਮਹੀਨੇ ਤੱਕ ਚਾਚੇ ਦੀ ਸੱਸ ਨੇ ਹੀ ਪਾਲਿਆ ਐਤੇ ਰਹਿ ਕੇ ਦਾਦੀ ਤੇ ਮੰਮੀ ਹੁਣੀ ਚੋਰੀ ਜਾ ਕੇ ਕੁੜੀ ਨੂੰ ਵੇਖਾਈਆਂ ਪਿਆਰ ਦੇ ਆਈਆਂ ਫਿਰ 2 ਸਾਲ ਬੀਤ ਗਏ ਚਾਚੇ ਘਰ ਬੇਟੀ ਨੇ ਜਨਮ ਲਿਆ ਆਣ ਗੁਆਂਢ ਵਿੱਚ ਗੱਲ ਹੁੰਦੀ ਕਿ ਮਾਮਾ ਸਾਹਿਬ ਬੱਚਿਆ ਇਸ ਕਰਕੇ ਸਭ ਦਾ ਦਿਲ ਪਸੀਜ ਗਿਆ ਸਾਰੇ ਚਾਚੀ ਨੂੰ ਵੇਖਣ ਗਏ ਹੌਲੀ ਹੌਲੀ ਅਸੀਂ ਬੱਚੇ ਉਹਨਾਂ ਘਰ ਜਾਣ ਲੱਗੇ ਚਾਚੇ ਦੀ ਬੇਟੀ ਨੂੰ ਚੁੱਕ ਲਿਆਉਣਾ ਖਿਡਾਣਾ ਅਸੀਂ ਘਰੇ ਆ ਕੇ ਦੱਸਣਾ ਬੀਬੀ ਚਾਚੀ ਨੇ ਟੀਜੀ ਦਿੱਤੀ ਖਾਣ ਨੂੰ ਬਹੁਤ ਪਿਆਰ ਕਰਦੀ ਆ ਫਿਰ ਕਦੇ ਕਦੇ ਢਿਲ ਮਠ ਤੇ ਦਾਦੀ ਨੂੰ ਚੋਰੀ ਜਾ ਕੇ ਪਤਾ ਲੈ ਆਉਣਾ ਅਰ ਜਦੋਂ ਘਰੇ ਬੰਦਿਆਂ ਨੂੰ ਪਤਾ ਲੱਗਦਾ ਤਾਂ ਕਲੇਸ਼ ਹੋਣਾ ਉਦੋਂ ਚਾਚੇ ਦਾ ਬੇਟਾ 2 ਸਾਲ ਦਾ ਸੀ ਅਤੇ ਬੇਟੀ 4 ਸਾਲ ਦੀ ਚਾਚਾ ਟਰਨਮੈਂਟ ਦੇ ਗਿਆ ਹੋਇਆ ਸੀ ਪਹਿਲੀ ਵਾਰ ਚਾਚੀ ਸਾਡੇ ਘਰ ਆਈ ਪਰ ਉਹ ਇੰਨਾ ਕਹਿ ਕੇ ਵਾਪਸ ਮੁੜ ਗਈ ਕਿ ਬੀਬੀ ਗੱਲ ਸੁਣੀ ਮੇਰਾ ਸਿਰ ਘੁੰਮਦਾ ਦਾਦੀ ਪਿੰਡ ਵਾਲੇ ਡਾਕਟਰ ਨੂੰ ਬੁਲਾ ਲਿਆਈ ਡਾਕਟਰ ਨੇ ਚੈੱਕ ਕਰਕੇ ਦੱਸਿਆ ਕਿ ਬੀਬੀ ਦਾ ਬਲੱਡ ਘਟਿਆ ਹੋਇਆ ਫਿਰ ਚਾਚੀ ਨੇ ਖੇਡਣ ਜਾਣਾ ਬੰਦ ਕਰ ਦਿੱਤਾ ਹੁਣ ਕਦੇ-ਕਦੇ ਚਾਚੀ ਸਾਡੇ ਘਰ ਆ ਜਾਂਦੀ ਜੂਨ ਦਾ ਮਹੀਨਾ ਸੀ ਖੇਤਾਂ ਵਿੱਚ ਜੀਰੀ ਲੱਗ ਰਹੀ ਸੀ 3:00 ਵਜੇ ਰੋਲਾ ਪਿਆ ਤੇ ਗੱਡੀ ਆਈ ਚਾਚੀ ਨੂੰ ਸ਼ਹਿਰ ਲੈ ਗਏ ਰਸਤੇ ਵਿੱਚ ਹੀ ਸਾ ਰੁਕ ਗਏ ਵਾਪਸ ਲੈ ਆਏ ਛੋਟੇ ਬੱਚੇ ਸੀ ਹੁਣ ਇਸ ਗੱਲ ਨੂੰ 10 ਸਾਲ ਹੋ ਗਏ ਚਾਚੀ ਨੇ ਦੂਜਾ ਵਿਆਹ ਨਹੀਂ ਕਰਵਾਇਆ ਹੁਣ ਕੁੜੀ 14 ਸਾਲ ਦੀ ਤੇ ਮੁੰਡਾ 12 ਸਾਲ ਦਾ ਹੋ ਗਿਆ ਰਿਸ਼ਤੇਦਾਰ ਵੀ ਜੋਰ ਲਾਇਆ ਵਿਆਹ ਕਰਵਾ ਲਾ ਰੋਟੀ ਪੱਕਦੀ ਹੋ ਜੂ ਪਰ ਚਾਚੇ ਕੋਲ ਇੱਕੋ ਜਵਾਬ ਸੀ ਜੇ ਕੱਬੀ ਜਨਾਨੀ ਆ ਗਈ ਮੇਰੇ ਜਵਾਕ ਰੋਲ ਤੂੰ ਮੈਂ ਮੁਹੱਬਤਾਂ ਤਾਂ ਬਹੁਤ ਵੇਖੀਆਂ ਪਰ ਆਪਣਾ ਚਾਚਾ ਮੁਹੱਬਤ ਦੀ ਇੱਕ ਮਿਸਾਲ ਆਪਣੇ ਸਾਰੇ ਪਰਿਵਾਰ ਨਾਲ ਅੱਜ ਵੀ ਵਰਤ ਰਿਹਾ ਹੈ ਬੱਚਿਆਂ ਨੂੰ ਮਾਂ ਪਿਓ ਦੋਨਾਂ ਦਾ ਪਿਆਰ ਦੇ ਰਿਹਾ ਹੈ ਜਦੋਂ ਕਦੇ ਡੈਡੀ ਹੋਣਾ ਨੇ ਗੁੱਸੇ ਵਿੱਚ ਕੁਝ ਕਹਿਣਾ ਤਾਂ ਗੋ ਹਸਪੈਂਡ ਕੋਈ ਨਾ ਵੱਡੇ ਭਰਾ ਨੇ ਫਿਰ ਕੀ ਹੋਇਆ ਐਸੀ ਮੇਰੇ ਚਾਚੇ ਦੀ ਅਸਲ ਕਹਾਣੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ